ਸੋ ਇੱਕ ਨਿੱਕਾ ਬੱਚਾ ਹੈ ਸਿੱਖਾਂ ਦਾ, ਜਿਸਦੇ ਕੋਲੋਂ ਪੱਤਰਕਾਰ ਇਹ ਸਵਾਲ ਪੁੱਛਦੀ ਪਈ ਹੈ ਕਿ ਤੁਸੀਂ ਕਿਹਨੂੰ ਪਸੰਦ ਕਰਦੇ ਹੋ, ਪੰਜਾਬ ਦਾ ਮੁੱਖ ਮੰਤਰੀ ਕੌਣ ਹੈ, ਕੀ ਤੁਸੀਂ ਭਗਵੰਤ ਮਾਨ ਨੂੰ ਜਿਹੜਾ ਪਸੰਦ ਕਰਦੇ ਹੋ? ਕਹਿੰਦਾ ਨਹੀਂ ਜੀ, ਅਸੀਂ ਭਗਵੰਤ ਮਾਨ ਨੂੰ ਪਸੰਦ ਨਹੀਂ ਕਰਦੇ। ਫਿਰ ਉਹਨੂੰ ਕਹਿੰਦੇ ਜੀ ਤੁਸੀਂ ਕੇਜਰੀਵਾਲ ਨੂੰ ਫਿਰ ਪਸੰਦ ਕਰਦੇ ਹੋ? ਉਹ ਕਹਿੰਦਾ ਨਹੀਂ, ਕੇਜਰੀਵਾਲ ਨੂੰ ਵੀ ਪਸੰਦ ਨਹੀਂ ਕਰਦੇ। ਤੇ ਉਹ ਕਹਿੰਦੀ ਜੀ ਫਿਰ ਤੁਸੀਂ ਕਿਹਨੂੰ ਪਸੰਦ ਕਰਦੇ ਹੋ? ਕਹਿੰਦਾ ਜੀ ਅੰਮ੍ਰਿਤਪਾਲ ਨੂੰ ਪਸੰਦ ਕਰਦੇ ਆ। ਉਹ ਕਹਿੰਦੀ ਜੀ ਕਿਉਂ ਕਰਦੇ ਹੋ? ਕਹਿੰਦੇ ਜੀ ਖਾਲਿਸਤਾਨ ਦੀ ਗੱਲ ਕਰਦਾ ਹੈ। ਉਹ ਕਹਿੰਦੀ ਤੂੰ ਖਾਲਿਸਤਾਨੀ ਹੈ? ਉਹ ਕਹਿੰਦਾ ਬਿਲਕੁਲ, ਅਸੀਂ ਖਾਲਿਸਤਾਨੀ ਹੈ ਤੇ ਅਸੀਂ ਖਾਲਿਸਤਾਨ ਦੀ ਮੰਗ ਕਰਦੇ ਆ। ਤੇ ਫਿਰ ਉਹ ਕਹਿੰਦੀ ਜੀ ਜੇ ਖਾਲਿਸਤਾਨ ਬਣ ਗਿਆ ਫਿਰ ਤਾਂ ਉਹ ਹਿੰਦੁਸਤਾਨ ਤੋਂ ਅਲੱਗ ਹੋ ਜਾਊਗਾ। ਤੇ ਉਹ ਕਹਿੰਦਾ ਹਾਂ ਅਲੱਗ ਹੋ ਜਾਊਗਾ। ਕਹਿੰਦੀ ਫਿਰ ਤੂੰ ਹਿੰਦੁਸਤਾਨ ਨੂੰ ਨਹੀਂ ਪਸੰਦ ਕਰਦਾ? ਉਹ ਕਹਿੰਦਾ ਸਾਡਾ ਮੁੱਦਾ ਇਹ ਨਹੀਂ ਹੈ ਕਿ ਤੁਹਾਨੂੰ ਕੀ ਚਾਹੀਦਾ ਹੈ, ਸਾਡਾ ਮੁੱਦਾ ਇਹ ਹੈ ਕਿ ਸਹੀ ਗਲਤ ਕਿਹੜਾ ਹੈ। ਸਾਡਾ ਮੁੱਦਾ ਇਹ ਨਹੀਂ ਹੈ, ਸਾਡਾ ਮੁੱਦਾ ਇਹ ਹੈ ਕਿ ਸਾਨੂੰ ਸਾਡਾ ਰਾਜ, ਸਾਨੂੰ ਸਾਡਾ ਘਰ ਚਾਹੀਦਾ ਜਿਹਨੂੰ ਅਸੀਂ ਖਾਲਿਸਤਾਨ ਕਹਿੰਦੇ।